रोटियां ते आ गईयां ते ओ बकरा किथे है? बकरा बकरा लो ओ अली आ गया। ओ ले आ इधर लावे हो गया। हां जी चाचा ले आ बकरा। आ गया जी बकरा। हां जी इथे बा बकरे नु ले बकरे ने बह के रोटी खाओ आज। हां जी बकरा आ गया आज तुसी इहदे नाल खाओगे कल ओ भी तुहाडे नाल खाएगा। ਕਵੀ ਸਾਹਿਬ ਤੁਸੀਂ ਇੰਜ ਰੋਟੀ ਖਵਾਉਣੀ ਸੀ ਸਾਨੂੰ ਬੱਕਰੇ ਨਾਲ। ਮੈਂ ਕਿਹਾ ਨਾ ਬਾਹੋ ਬੱਕਰੇ ਨਾਲ ਕਿਹਾ ਸੀ ਤੇ ਆ ਬੱਕਰਾ ਹੀ ਆ ਉਹਦੇ ਹੁਣ ਕੰਨਾਂ ਨਾਲ ਬੁਰਕੀਆਂ ਲਾਉਣੀਆਂ ਵਾ ਸੀ। ਭਾਵੇਂ ਇੱਕ ਬੁਰਕੀ ਆਪ ਖਾਏ ਇੱਕ ਉਹਨੂੰ ਖਵਾ। ਮੈਂ ਕਿਹਾ ਬੱਕਰੇ ਨਾਲ ਰੋਟੀ ਖਾਓ। ਕਵੀ ਸਾਹਿਬ ਇਹ ਤੇ ਗੱਲ ਕੋਈ ਨੀ ਗੀ ਹੁਣ ਤੁਸੀਂ ਕਿਸੇ ਕਾਮੇ ਦੇ ਜਜ਼ਬਾਤ ਨਾਲ ਇੰਜ ਤੇ ਨਾ ਖੇਲੋ। ਅਸੀਂ ਹੁਣ ਬੱਕਰੇ ਦਾ ਮੂਡ ਬਣਾਇਆ ਸੀ ਤੇ ਤੁਸੀਂ ਜੀਂਦਾ ਖੜਾ ਕਰਤਾ। ਹੁਣ ਟਿਊਸ਼ਨ ਦੇ ਨਾਲ ਹੀ ਬੁਰਕੀ ਗਲਾਈਏ। ਮੈਂ ਤੁਹਾਨੂੰ ਇਹ ਪੁੱਛਿਆ ਵੀ ਮਸਾਲਾ ਕਿੱਦਾਂ ਦਾ ਜਾਂ ਸਪਾਈਸੀ ਹੋਵੇ ਜਾਂ ਹਲਕਾ, ਲੂਣ ਮਿਰਚ ਮੈਂ ਪੁੱਛਿਆ। ਮੈਂ ਤੁਹਾਨੂੰ ਕਿਹਾ ਬੱਕਰੇ ਨਾਲ ਰੋਟੀ, ਉਹ ਆ ਗਿਆ ਬੱਕਰਾ। ਉਹ ਕੀ ਸੋਚੇਗਾ ਹੁਣ? ਉਹ ਮੇਰੇ ਕਹਿਣ ਤੇ ਆ ਗਿਆ ਤੁਸੀਂ ਨਹੀਂ ਖਾਣ ਦਾ। ਸੋਚ ਮਸਾਲਾ ਤੇ ਅਸੀਂ ਤਾਂ ਨਹੀਂ ਦੱਸਿਆ ਸੀ ਤੁਹਾਡੇ ਘਰ ਅੱਗੇ ਵੀ ਪੱਕਦਾ, ਕਿਹੜਾ ਪਹਿਲੀ ਵਾਰੀ ਪੱਕਣਾ। ਚਲੋ ਖਾਓ ਹੁਣ ਇਹਦੇ ਨਾਲ। ਸੋਚ ਉਹਦੀ ਇੱਥੇ ਬਾ ਬੱਕਰੇ ਨੂੰ ਬਾ ਇੱਥੇ ਅਲੀ। ਅਸੀਂ ਏਦਾਂ ਏਦਾਂ ਨਾਲ ਰੋਟੀ ਖਾਣੀ ਆ ਵੀ ਅਸੀਂ ਤੇ ਕਿਹਾ ਵੀ ਪੱਕਿਆ ਬੱਕਰਾ ਹੋਊਗਾ, ਬਾਟੀ ਹੋਊਗੀ। ਉਹ ਇੱਕ ਨਾ ਇੱਕ ਦਿਨ ਇਹਨੇ ਵੀ ਪੱਕਣਾ ਹੀ ਆ ਕਿਤੇ ਨਾ ਕਿਤੇ।